ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਅੱਜ ਮੈਂ ਜਿਹੜਾ ਤੁਹਾਡੇ ਲਈ ਡਿਜ਼ਾਈਨ ਲੈ ਕੇ ਆਈਆਂ ਇਸ ਡਿਜ਼ਾਈਨ ਨੂੰ ਤੁਸੀਂ ਲੇਡੀਜ਼ ਕੋਟੀ ਤੇ ਜੈਂਟਸ ਕੋਟੀ ਤੇ ਬੱਚਿਆਂ ਦੀ ਕੋਟ ਤੇ ਕਿਤੇ ਵੀ ਪਾ ਸਕਦੇ ਜੀ ਬਹੁਤ ਹੀ ਸੋਖਾ ਡਿਜ਼ਾਈਨ ਹੈ ਉਲਟੀਆਂ ਸਿੱਧੀਆਂ ਸਲਾਈਆਂ ਹੀ ਬਣਣੀਆਂ ਨੇ ਸਿਰਫ ਦੋ ਸਲਾਈਆਂ ਵਿੱਚ ਡਿਜ਼ਾਈਨ ਬਣਨਾ ਬਾਕੀ ਸਿੰਪਲ ਸਲਾਈਆਂ ਹੀ ਬਣਣੀਆਂ ਨੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ 8 ਸਲਾਈਆਂ ਦਾ ਟੋਟਲ ਡਿਜ਼ਾਈਨ ਹੈ ਤੇ ਇਹਦੇ ਵਿੱਚ ਆਪਾਂ 7-7 ਦੇ ਹਿਸਾਬ ਨਾਲ ਕੁੰਡੇ ਪਾਉਣੇ ਨੇ 7-7 ਦੇ ਹਿਸਾਬ ਨਾਲ ਕੁੰਡੇ ਪਾ ਕੇ ਇੱਕ ਕੁੰਡਾ ਵਾਧੂ ਪਾ ਲੈਣਾ ਮੈਂ ਇੱਥੇ 7-7 ਦੇ ਹਿਸਾਬ ਨਾਲ 21 ਕੁੰਡੇ ਪਾਏ ਤੇ ਇੱਕ ਕੁੰਡਾ ਵਾਧੂ ਪਾ ਕੇ 22 ਕੁੰਡੇ ਪਾਏ ਹੋਏ ਨੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਡਿਜ਼ਾਈਨ ਜਿਹੜਾ ਆਪਾਂ ਇਹ ਵਾਲਾ ਤੁਹਾਨੂੰ ਡਿਜ਼ਾਈਨ ਬਣਾਉਣਾ ਸਿਖਾਵਾਂਗੇ ਵੇਖੋ ਕਿੰਨਾ ਪਿਆਰਾ ਡਿਜ਼ਾਈਨ ਲੱਗ ਰਿਹਾ ਤੇ ਬਹੁਤ ਹੀ ਸੋਖਾ ਹੈ ਤੁਸੀਂ ਇਸ ਨੂੰ ਲੇਡੀਜ਼ ਕੋਟ ਤੇ ਵੀ ਪਾ ਸਕਦੇ ਜੇ ਤੇ ਜੈਂਟਸ ਕੋਟ ਤੇ ਵੀ ਪਾ ਸਕਦੇ ਜੇ ਬਹੁਤ ਹੀ ਪਿਆਰਾ ਜਿਹਾ ਤੇ ਸੋਖਾ ਜਿਹਾ ਡਿਜ਼ਾਈਨ ਹੈ ਉਲਟੀ ਸਾਈਡ ਤੋਂ ਇਹ ਵਾਲਾ ਡਿਜ਼ਾਈਨ ਜਿਹੜਾ ਇਸ ਤਰੀਕੇ ਦੇ ਨਾਲ ਬੰਦ ਆਇਆ ਹੁਣ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਹਾਂ ਤੇ ਡਿਜ਼ਾਈਨ ਬਣਾਉਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਜੇ ਵੀਡੀਓ ਪਹਿਲੀ ਵਾਰ ਹੀ ਦੇਖ ਰਹੇ ਜੇ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਨਾ ਨਾਲ ਹੀ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਹੁਣ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਹਾਂ ਪਹਿਲਾ ਕੁੰਡਾ ਉਤਾਰ ਲੈਣਾ ਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ 6 ਕੁੰਡੇ ਉਲਟੇ ਬਣਾਵਾਂਗੇ 2 3 4 5 6 6 ਗੁੰਡੇ ਆਪਾਂ ਉਲਟੇ ਬਣਾ ਲੈ ਇੱਕ ਗੁੰਡਾ ਸਿੱਧਾ ਬਣਾਵਾਂਗੇ ਜਿਹੜੀ ਇਹਦੀ ਦੂਸਰੀ ਸਲਾਈ ਚੜਨੀ ਉਹਨੂੰ ਤੁਸੀਂ ਬਹੁਤ ਹੀ ਧਿਆਨ ਨਾਲ ਵੇਖਣਾ 6 ਗੁੰਡੇ ਉਲਟੇ ਬਣਾ ਲੈ ਇੱਕ ਗੁੰਡਾ ਸਿੱਧਾ ਇਹੀ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਨਾ ਹੈ ਫੇਰ 6 ਗੁੰਡੇ ਉਲਟੇ ਇੱਕ 2 3 4 5 6 ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਹੁਣ ਧਾਗਾ ਆਪਣੇ ਵਾਲੀ ਸਾਈਡ 6 ਕੁੰਡੇ ਉਲਟੇ 1 2 3 4 5 6 ਧਾਗਾ ਪਿੱਛੇ ਕਰਾਂਗੇ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਸਿੱਧਾ ਬਣਾ ਲਾਂਗੇ ਪਹਿਲੀ ਸਲਾਈ ਬਣ ਗਈ ਆ ਹੁਣ ਦੂਸਰੀ ਸਲਾਈ ਤੁਸੀਂ ਧਿਆਨ ਨਾਲ ਵੇਖਣੀ ਆ ਜਿਸ ਤਰ੍ਹਾਂ ਸਾਡੀ ਦੂਸਰੀ ਸਲਾਈ ਬਣੇਗੀ ਅਗਲੀਆਂ ਦੋ ਸਲਾਈਆਂ ਵੀ ਫਿਰ ਇਸੇ ਤਰ੍ਹਾਂ ਹੀ ਉਲਟੀਆਂ ਬਣਨਗੀਆਂ ਪਹਿਲਾ ਕੁੰਡਾ ਉਤਾਰ ਲਿਆ ਫਿਰ ਪੰਜ ਕੁੰਡੇ ਉਲਟੇ ਬਣਾਵਾਂਗੇ 1 2 3 4 5 ਪੰਜ ਗੁੰਡੇ ਆਪਾਂ ਉਲਟੇ ਬਣਾ ਲੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿਛਲੇ ਪਾਸੇ ਇੱਕ ਕੁੰਡਾ ਸਿੱਧਾ ਹੁਣ ਆਪਾਂ ਉਲਟੀ ਸਲਾਈ ਦੇ ਵਿੱਚ ਇਹੋ ਰਿਪੀਟ ਕਰਨਾ ਹੈ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਚਾਰ ਕੁੰਡੇ ਉਲਟੇ 1 2 3 4 ਚਾਰ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਪੰਜ ਕੁੰਡੇ ਉਲਟੇ 1 2 3 4 5 ਪੰਜ ਉਲਟੇ ਲਾਸਟ ਵਾਲਾ ਵੀ ਆਪਾਂ ਉਲਟਾ ਹੀ ਬਣਾ ਲੈਣਾ ਹੁਣ ਪਹਿਲੀ ਦੂਸਰੀ ਸਲਾਈ ਬਣ ਗਈ ਡਿਜ਼ਾਈਨ ਦੀ ਹੁਣ ਤੀਸਰੀ ਸਲਾਈ ਜਿਹੜੀ ਆ ਉਹ ਬਿਲਕੁਲ ਆਪਾਂ ਪਹਿਲੀ ਸਲਾਈ ਦੀ ਤਰ੍ਹਾਂ ਬਣਾਉਣੀ ਫਿਰ ਵੇਖੋ ਪਹਿਲਾ ਕੁੰਡਾ ਉਤਾਰ ਲਿਆ ਫਿਰ 6 ਕੁੰਡੇ ਉਲਟੇ 1 2 3 4 5 6 6 ਉਲਟੇ ਧਾਗਾ ਪਿੱਛੇ ਕਰਾਂਗੇ ਇੱਕ ਜਿਹੜਾ ਸਿੱਧਾ ਕੁੰਡਾ ਇਹਨੂੰ ਸਿੱਧਾ ਬਣਾਵਾਂਗੇ ਫਿਰ ਧਾਗਾ ਆਪਣੀ ਵਾਲੀ ਸਾਈਡ 6 ਕੁੰਡੇ ਉਲਟੇ 1 2 3 4 5 6 ਫਿਰ ਇੱਕ ਸਿੱਧਾ ਫਿਰ 6 ਉਲਟੇ ਲਾਸਟ ਵਾਲਾ ਸਿੱਧਾ ਤੀਸਰੀ ਸਲਾਈ ਬਣ ਗਈ ਹੁਣ ਚੌਥੀ ਸਲਾਈ ਵੇਖੋ ਪਹਿਲਾ ਕੁੰਡਾ ਉਤਾਰ ਲਿਆ ਫਿਰ ਪੰਜ ਕੁੰਡੇ ਉਲਟੇ 1 2 3 4 5 ਉਲਟੇ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਚਾਰ ਕੁੰਡੇ ਉਲਟੇ 1 2 3 4 ਹੁਣ ਜਿਹੜਾ ਸਿੱਧਾ ਨਜ਼ਰ ਆ ਰਿਹਾ ਇਹਨੂੰ ਸਿੱਧਾ ਬਣਾਵਾਂਗੇ ਜਿਹੜਾ ਉਲਟਾ ਨਜ਼ਰ ਆ ਰਿਹਾ ਇਹਨੂੰ ਉਲਟਾ ਫਿਰ ਸਿੱਧਾ ਫਿਰ ਪੰਜ ਕੁੰਡੇ ਉਲਟੇ 1 2 3 4 5 ਲਾਸਟ ਵਾਲਾ ਵੀ ਉਲਟਾ ਚਾਰ ਸਲਾਈਆਂ ਬਣ ਗਈਆਂ ਡਿਜ਼ਾਈਨ ਦੀਆਂ ਜਿਸ ਤਰ੍ਹਾਂ ਆਪਾਂ ਇਹਵਲੀਆਂ ਚਾਰ ਸਲਾਈਆਂ ਬਣਾਈਆਂ ਅਗਲੀਆਂ ਦੋ ਸਲਾਈਆਂ ਵੀ ਸੇਮ ਇਸੇ ਤਰੀਕੇ ਦੇ ਨਾਲ ਆਪਾਂ ਬਣਾ ਲੈਣੀਆਂ ਹੋਣ ਚੇਸ ਲਾਈਆਂ ਜਿਹੜੀਆਂ ਆਪਾਂ ਇਸ ਤਰੀਕੇ ਦੇ ਨਾਲ ਬਣਾ ਲਈਆਂ ਵੇਖੋ ਇਹ ਸਿੱਧਾ ਪਾਸਾ ਡਿਜ਼ਾਈਨ ਦਾ ਤੇ ਇਹ ਉਲਟਾ ਪਾਸਾ ਹੈ ਇਸ ਤਰੀਕੇ ਦੇ ਨਾਲ ਆਪਾਂ ਤਿੰਨ ਚ ਲਾਈਆਂ ਸਿੱਧੇ ਪਾਸੇ ਬਣਾ ਲਈਆਂ ਤੇ ਤਿੰਨ ਚ ਲਾਈਆਂ ਉਲਟੇ ਪਾਸੇ ਬਣਾ ਲਈਆਂ ਹੁਣ ਅਸੀਂ ਆ ਗਏ ਆ ਡਿਜ਼ਾਈਨ ਦੀ 7ਵੀਂ ਸਲਾਈ ਤੇ 7ਵੀਂ ਸਲਾਈ ਚ ਵੇਖੋ ਕੀ ਕਰਾਂਗੇ ਪਹਿਲਾ ਕੁੰਡਾ ਉਤਾਰ ਲਿਆ ਇਸ ਤੋਂ ਬਾਅਦ 6 ਕੁੰਡੇ ਸਿੱਧੇ 1 2 3 4 5 6 6 ਗੁੰਡੇ ਸਿੱਧੇ ਹੋਣਾ ਜਿਹੜਾ ਸਾਡੇ ਕੋਲ ਇੱਕ ਗੁੰਡਾ ਇਹਦੇ ਤੋਂ ਆਪਾਂ 4 ਗੁੰਡੇ ਬਣਾਉਣੇ ਵੇਖੋ ਕਿਸ ਤਰ੍ਹਾਂ ਇਹ ਗੁੰਡੇ ਨੂੰ ਛੱਡ ਕੇ ਇਹਦੇ ਇੱਥੋਂ ਲਾਗੂ ਆਪਾਂ ਇੱਕ ਲੂਪ ਲੈਣਾ ਇਸ ਤਰ੍ਹਾਂ ਕਰਕੇ ਇੱਕ ਲੂਪ ਲੈ ਲਿਆ ਵਿੱਚ ਫਿਰ ਇੱਕ ਇਸ ਤਰ੍ਹਾਂ ਕਰਕੇ ਵਾਲ ਪਾ ਦੇਣਾ ਇੱਕ ਵਾਰ ਫਿਰ ਦੁਬਾਰਾ ਉਸੇ ਹੋਲ ਤੋਂ ਹੀ ਆਪਾਂ ਉਨ ਲੈਣਾ ਇਹ ਸਾਡੇ ਕੋਲ ਹੋ ਗਏ 3 1 2 ਤੇ 3 ਹੁਣ ਇਹ ਜਿਹੜਾ ਗੁੰਡਾ ਸਾਡੇ ਕੋਲ ਇਹਨੂੰ ਆਪਾਂ ਬੈਕ ਲੂਪ ਦੇ ਨਾਲ ਇੰਜ ਕਰਕੇ ਉਨ ਲੈਣਾ ਇਹ ਸਾਡੇ ਕੋਲੋਂ ਇੱਕ ਕੁੰਡੇ ਤੋਂ ਚਾਰ ਕੁੰਡੇ ਹੋ ਗਏ ਆ ਵੇਖੋ 1 2 3 ਤੇ 4 ਹੁਣ ਛੇ ਕੁੰਡੇ ਸਿੱਧੇ 1 2 3 4 5 6 ਛੇ ਕੁੰਡੇ ਸਿੱਧੇ ਫੇਰ ਆ ਇੱਕ ਸਿੱਧਾ ਕੁੰਡਾ ਆ ਗਿਆ ਇਹਦੀ ਤੋਂ ਆਪਾਂ ਚਾਰ ਕੁੰਡੇ ਬਣਾਉਣੇ ਆ ਇਹ ਕੁੰਡੇ ਦੇ ਕੋਲੋਂ ਆਪਾਂ ਇੱਥੋਂ ਇੱਕ ਲੂਪ ਲੈਣਾ ਹੈ ਸੌਰੀ ਇੱਕ ਲੂਪ ਲੈ ਲਿਆ ਫੇਰ ਇੰਜ ਕਰਕੇ ਵਿੱਚ ਇੱਕ ਵਾਲ ਪਾ ਦੇਣਾ ਫੇਰ ਦੁਬਾਰਾ ਉਸੇ ਜਗ੍ਹਾ ਤੋਂ ਇੱਕ ਲੂਪ ਲੈ ਲਿਆ ਤੇ ਇਹ ਵਾਲੇ ਕੁੰਡੇ ਨੂੰ ਬੈਕ ਲੂਪ ਦੇ ਨਾਲ ਸਿੱਧਾ ਹੁਣ ਦਿੱਤਾ ਇੱਕ ਤੋਂ ਚਾਰ ਹੋ ਗਏ ਹੁਣ ਅਗਲੇ 6 ਕੁੰਡੇ ਸਿੱਧੇ 1 2 3 4 5 6 ਤੇ ਲਾਸਟ ਵਾਲਾ ਵੀ ਸਿੱਧਾ ਹੀ ਬਣਾ ਲਾਂਗੇ ਚੇ 20 ਸਲਾਈ ਬਣ ਗਈ ਹੁਣ 7ਵੀਂ ਸਲਾਈ ਵੇਖੋ ਕਿਸ ਤਰ੍ਹਾਂ ਬਣਾਵਾਂਗੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਪੰਜ ਕੁੰਡੇ ਉਲਟੇ 1 2 3 4 ਤੇ 5 ਹੁਣ ਧਾਗਾ ਪਿੱਛੇ ਕਰਾਂਗੇ ਇਹ ਜਿਹੜਾ ਕੁੰਡਾ ਸਿੱਧਾ ਨਜ਼ਰ ਆ ਰਿਹਾ ਵੇਖੋ ਇਹਨੂੰ ਆਪਾਂ ਫੇਰ ਸਿੱਧਾ ਬਣਾ ਲੈਣਾ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇਹ ਜਿਹੜੇ ਇੱਕ ਕੁੰਡੇ ਤੋਂ ਚਾਰ ਕੁੰਡੇ ਕਿਤੇ ਸੀ ਇਹਨਾਂ ਨੂੰ ਵੀ ਇਸ ਤਰ੍ਹਾਂ ਕਰਕੇ ਚਾਰ ਕੁੰਡਿਆਂ ਤੋਂ ਆਪਾਂ ਪਾ ਕੇ ਇੱਕ ਗੁੰਡਾ ਕਰ ਦੇਣਾ ਚਮਾਹ ਕੁੰਡਿਆਂ ਨੂੰ ਇਕੱਠੇ ਹੁੰਨ ਦੇਣਾ ਫਿਰ ਧਾਗਾ ਪਿੱਛੇ ਕਰਾਂਗੇ ਇੱਕ ਗੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਚਾਰ ਕੁੰਡੇ ਉਲਟੇ 1 2 3 4 ਉਲਟੇ ਧਾਗਾ ਪਿੱਛੇ ਕਰਾਂਗੇ ਇੱਕ ਗੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਚਾਰ ਕੁੰਡਿਆਂ ਤੋਂ ਇੱਕ ਗੁੰਡਾ ਕਰਾਂਗੇ ਸਿੱਧੀ ਸਲਾਈ ਚ ਆਪਾਂ ਇੱਕ ਕੁੰਡੇ ਤੋਂ ਚਾਰ ਕੁੰਡੇ ਬਣਾਏ ਸੀ ਉਹਨੇ ਨਾ ਚਮਾਂ ਤੋਂ ਇੱਕ ਕਰ ਦਾਂਗੇ ਫਿਰ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਪੰਜ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਵੀ ਆਪਾਂ ਉਲਟਾਈ ਬਣਾ ਲੈਣਾ ਡਿਜ਼ਾਈਨ ਦੀਆਂ ਸਾਡੀਆਂ 8 ਸਲਾਈਆਂ ਬਣ ਗਿਆ ਵੇਖੋ ਉਲਟੀ ਸਾਈਡ ਤੋਂ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਤੇ ਸਿੱਧੀ ਸਾਈਡ ਤੋਂ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਜਦੋਂ ਆਪਾਂ ਅੱਗੇ ਤੋਂ ਅੱਗੇ ਡਿਜ਼ਾਈਨ ਬਣਾਉਂਦੇ ਜਾਣਾ ਤੇ ਬਣਨ ਤੋਂ ਬਾਅਦ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬੰਨਦਾ ਜਾਣਾ ਤੁਸੀਂ ਇਸ ਨੂੰ ਜੈਂਟਸ ਕੋਟੀ ਤੇ ਪਾਓਗੇ ਕਿਸੇ ਸੋਬਰ ਰੇ ਕਲਰ ਤੇ ਤੇ ਬਹੁਤ ਹੀ ਪਿਆਰਾ ਲੱਗੇਗਾ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਸੌਖੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਧੰਨਵਾਦ